ਉਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਸ ਦੇਸ਼ ਨੇ ਕੱਚੇ ਬੰਦਿਆਂ ਦੀ ਆਗੀ ਆ ਸ਼ਾਮਤ ਫੜਨ ਦੇ ਲਈ ਧੜਾ ਧੜ ਵਜ ਰਹੇ ਨੇ ਛਾਪੇ ਤਾਜ਼ਾ ਵੱਡੀ ਖਬਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਆਪਣੀ ਸੁਰੱਖਿਆ ਨੂੰ ਲੈ ਕੇ ਹਰ ਵਕਤ ਡਰ ਬਣਿਆ ਰਹਿੰਦਾ ਕਿਉਂਕਿ ਵਿਦੇਸ਼ਾਂ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਵੱਲੋਂ ਬਹੁਤ ਕੁਝ ਸਖਤ ਨਿਯਮ ਜਿਹੜੇ ਲਾਗੂ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਉਲੰਘਣਾ ਕਰਨ ਵਾਲੇ ਤੇ ਸਰਕਾਰਾਂ ਵੱਲੋਂ ਸਖਤ ਸਜ਼ਾਾਂ ਵੀ ਦਿੱਤੀਆਂ ਜਾਂਦੀਆਂ ਨੇ ਹੁਣ ਇਸ ਦੇਸ਼ ਦੇ ਵਿੱਚ ਕੱਚੇ ਬੰਦਿਆਂ ਦੀ ਸ਼ਾਂਤ ਆ ਗਈ ਹੈ ਜਿੱਥੇ ਫੜਨ ਦੇ ਲਈ ਪੁਲਿਸ ਵੱਲੋਂ ਤੜਾ ਤੜ ਛਾਪੇ ਮਰੀ ਕੀਤੀ ਜਾ ਰਹੀ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਰਮਨ ਦੇ ਵਿੱਚ ਸਥਾਈ ਤੌਰ ਤੇ ਰਹਿ ਰਹੇ ਮਜ਼ਦੂਰਾਂ ਨੂੰ ਜਿੱਥੇ ਕੁਝ ਲੋਕਾਂ ਵੱਲੋਂ ਕਾਤਤਿਤ ਮਨੁੱਖੀ ਤਸਕਰੀ ਦੇ ਆਧਾਰ ਤੇ ਲਿਆਂਦਾ ਜਾਂਦਾ ਹੈ ਜਰਮਨ ਦੇ ਵਿੱਚ ਕੁਝ ਪੁਲਿਸ ਅਤੇ ਕਸਟਮ ਅਧਿਕਾਰੀਆਂ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਦਰਜਨਾ ਥਾਵਾਂ ਤੇ ਛਾਪੇ ਮਾਰੇ ਗਏ ਹਨ ਕੁਝ ਫਰਜੀ ਵਾੜਾ ਕਰਨ ਦੇ ਦੋਸ਼ ਹੇਠਾਂ ਬਹੁਤ ਸਾਰੇ ਸ਼ੱਕੀ ਵਿਅਕਤੀ ਉਸ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪੁਲਿਸ ਵੱਲੋਂ ਅਜੇ ਇਹਨਾਂ ਕੰਪਨੀਆਂ ਤੇ ਸ਼ੱਕੀਆਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਜਰਮਨ ਦੇ ਵਿੱਚ ਛਾਪੇ ਮਾਰਨ ਵਾਲੀ ਪੁਲਿਸ ਨੇ 1000 ਅਧਿਕਾਰੀਆਂ ਵੱਲੋਂ ਛਾਪੇ ਮਾਰੇ ਗਏ ਨੇ ਛਾਪੇ ਦੇਸ਼ ਦੇ ਵਪਾਰਕ ਧਾਰਿਆਂ ਤੇ ਉੱਤੇ ਜਰਮਨੀ ਦੀ ਰਾਜਧਾਨੀ ਬ੍ਰੈਂਡਨਬਰਗ ਦੇ ਵਿੱਚ ਸੂਬੇ ਦੇ ਵਿੱਚ ਕਈ ਮਕਾਨਾਂ ਵਿੱਚ ਵੀ ਮਾਰੇ ਗਏ ਨੇ ਦੱਸਿਆ ਗਿਆ ਕਿ ਤਲਾਸ਼ੀ ਯੂਰੋਪੀਅਨ ਪੁਲਿਸ ਦੇ ਵੱਲੋਂ ਸਵੇਰੇ 7 ਵਜੇ ਦੇ ਕਰੀਬ ਲਈ ਗਈ ਆ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਸੂਚਨਾ ਜਿਹੜੀ ਟਵੀਟ ਤੇ ਕਰਕੇ ਦਿੱਤੀ ਗਈ ਸੀ ਧੰਨਵਾਦ